अच्छा अख्तर लावा, मैं सुनना चाहिया कि इन्होंने बड़ी अच्छी ऑफर भी कढ़ी है। ਕਿਹੜੀ? ਇਹ ਕਹਿ ਰਹੇ ਨੇ ਕਿ ਅਗਰ ਤੁਸੀਂ ਪਹਿਲਾ ਫਲੋਰ ਬਣਾਓਗੇ ਨਾ ਤਾਂ ਉਹਦੇ ਤੇ ਜਿੰਨੀਆਂ ਵੀ ਇੱਟਾਂ ਲੱਗਣਗੀਆਂ ਕਮ ਸੇ ਕਮ 12 ਲੱਖ ਰੁਪਏ ਦੀ ਇੱਟਾਂ ਨੇ ਜਿਹੜੀਆਂ ਫ੍ਰੀ ਦੇਣਗੇ। ਤੇਰਾ ਕੀ ਖਿਆਲ ਹੈ? ਮੈਂ ਇੱਟਾਂ ਲਵਾਂ, ਲੇਕਿਨ ਇੱਕ ਹੋਰ ਵੀ ਆਫਰ ਹੈ, ਉਹ ਇੱਕ ਗੱਡੀ ਵੀ ਦੇਣਾ ਚਾਹ ਰਹੇ ਨੇ। ਮੈਨੂੰ ਵੀ ਦੱਸਿਆ, ਲੇਕਿਨ ਮੈਂ ਗੱਡੀ ਲੈਣੀ ਜੇ। ਤੂੰ ਗੱਡੀ ਲੈਣੀ ਹੈ ਤੇ ਮੈਂ ਇੱਟਾਂ ਕਿਉਂ? ਮੈਂ ਵੀ ਗੱਡੀ ਲਾਂਗੀ, ਤੂੰ ਇੱਟਾਂ ਲੈ। ਗੱਡੀ ਮੇਰੀ ਹੈ, ਲੋ ਤੂੰ ਮੇਰੇ ਨਾਲ ਐਗਰੀਮੈਂਟ ਕਰਕੇ ਆਈ ਹੈ, ਤੂੰ ਫੈਸਲੇ ਨਹੀਂ ਕਰਦੀ ਮੈਡਮ। ਐ ਨਹੀਂ, ਇਹ ਕੀ ਚੱਕਰ ਹੋਇਆ? ਮੇਰੇ ਇੱਥੇ ਆਣ ਕੇ ਨਾ ਬਹਿਸ ਨਹੀਂ ਕਰਨੀ। ਗੱਡੀ ਮੇਰੀ ਹੈ ਤੇ ਮੇਰੀ ਰਹੇਗੀ। ਦੁਬਈ ਸਿਟੀ ਵਾਲੇ, ਮੈਂ ਉਹਨਾਂ ਨੂੰ ਕਿਹਾ ਕਿ ਗੱਡੀ ਹੈ? ਨਹੀਂ ਨਹੀਂ, ਮੇਰੇ ਕੋਲ ਤਾਂ ਪਹਿਲਾਂ ਵੀ ਗੱਡੀ ਹੈ। ਤੁਸੀਂ ਤੇ ਕਹਿੰਦੇ ਤੁਹਾਡੇ ਘਰ 200 ਗੱਡੀ ਖੜੀ ਹੋ ਜਾਵੇ। ਗਰੀਬ ਦੇ ਘਰ ਖੋਤੀ ਰੇੜੀ ਨਹੀਂ, ਅਖਤਰ ਲਾਵੇ ਦੇ ਘਰ ਹੈਗੀ। ਅਖਤਰ ਲਾਵਾ, ਤੇਰੇ ਕੋਲ ਖੋਤੀ ਰੇੜੀ ਵੀ ਨਹੀਂ ਚੰਗੀ ਲੱਗਣੀ ਹੈ। ਤੂੰ ਉਹਦੇ ਤੇ ਵੀ ਅੱਗ ਲਾ ਦੇਣੀ ਹੈ। ਮੈਂ ਲਾਵਾ, ਤੂੰ ਮੈਨੂੰ ਇੰਜ ਕਰ, ਤੂੰ ਸਿਰ ਇੱਟਾਂ ਲੈ, ਮੈਂ ਗੱਡੀ ਲਾਂਗੀ। ना, तेरी मेहरबानी मैडम। तेरे गोडे किथे ने? ओ नजर ही नहीं आ रहे, इतनी हाइट हैगी है। रुको रुको, मेरी गल सुनो। तुसी लड़ो ना आपस च। असि तुहानू इट्टा प्रोवाइड कर दिंदे आ, तुहानू गड्डी प्रोवाइड कर। नहीं नहीं, मैनू गड्डी है नहीं इट्टा। जे तुसी दोनी गड्डी ले लो। ओकी कहता जे इट्टा नहीं इट्टा। ਤੁਸੀਂ ਦੋਨੀ ਗੱਡੀ ਲੈ ਲਓ ਸਾਡੇ। ਉਹ ਕੀ ਕਹਿਤਾ? ਮੇਰਾ ਦਿਲ ਹੀ ਨਹੀਂ ਕਿਤੇ ਬਾਹਰ ਨਿਕਲ ਆਵੇ। ਹੈ ਲੈ ਮੈਡਮ, ਤੂੰ ਤੇ ਨਾ ਦਿੱਤੀ, ਤੇ ਦੁਬਈ ਸਿਟੀ ਦੇ ਓਨਰ ਵਾਲਿਆਂ ਨੇ ਮੈਨੂੰ ਦੇਤੀ ਉਹ ਗੱਡੀ। ਗੱਡੀ ਵੀ ਦੇ ਦਿੱਤੀ ਉਹ ਨਾਲ ਇੱਟਾਂ ਦੀ ਵੀ ਗੱਲ ਕਰ ਕੇ। ਅੱਛਾ, ਹੋਰ ਕੀ? ਪਹਿਲਾਂ ਅਸੀਂ ਘਰ ਸਟਾਰਟ ਕਰਾਂਗੇ, ਤੇਰੀ ਮੇਰੀ ਸੁਲਾ ਮੈਡਮ। ਸੁਲਾ ਸੁਲਾ, ਮੇਰੇ ਘਰ ਦੇ ਵਿੱਚ ਤੇਰੀ ਗੱਡੀ ਵੀ ਖੜੀ ਹੋ ਜਾਏਗੀ। ਆ ਕੀ ਹੋ ਗਿਆ ਸ਼ਹਿਜ਼ਾਦੀ? ਇਹ ਮੇਰੀ ਗੱਡੀ ਬਾਹਰ ਖੜੀ ਹੋਏਗੀ ਕਿ ਤੇਰੀ ਗੱਡੀ ਜਿਹੜੀ ਹੈ ਮੇਰੇ ਘਰ ਦੇ। ਦੇਖੋ ਜੀ, ਇਨਸ਼ਾਅੱਲਾ ਅਸੀਂ ਭੈਣ ਭਰਾਵਾਂ। ਮੈਡਮ ਐਨੀ ਜਿਹੜੀ ਹੈ ਨਾ, ਮੇਰੀ ਬੜੀ ਇੱਜ਼ਤ ਦੀ ਜਗ੍ਹਾ ਤੇ, ਮੈਂ ਇਹਦੇ ਕਹਿਣ ਤੇ ਪਲਾਲ ਲਿਆ ਤੇ ਮੈਂ ਅਸੀਂ ਇਕੱਠੀ ਫਿਰ ਸ਼ੁਰੂ ਕਰਨੇ ਆ। ਉਧਰ ਮੈਂ 10 ਕਿਲੋ ਦੀ ਟੋਕਰੀ ਲਿਆਵਾਂਗਾ, ਮਜ਼ਦੂਰਾਂ ਨੂੰ ਦਵਾਂਗਾ ਜਿਹੜੀ ਪਹਿਲੇ ਇੱਟ ਰੱਖੇਗਾ ਉੱਥੇ। ਆਏ ਹਾਏ, ਨਹੀਂ 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 ਨਹੀਂ, ਉਹ ਤਾਂ ਮੈਂ ਤੇਰੀ ਬੇਗਮ ਕੋਲ ਰਖਵਾਵਾਂਗੀ ਇੱਟ। ਕੀ ਕਹਿਤਾ ਹੀ? ਪਰਚਾਈ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਨਾ। ਉਹ ਤੇ ਪੰਗੂੜੇ ਤੇ ਚੜ ਕੇ ਡਾਂਸ ਕਰੇਗੀ, ਕਹੇਗੀ ਕਿ ਲਾਵਾ ਜੀ ਤੁਸੀਂ ਮੇਰੇ ਕੋਲ ਇੱਟ ਰਹਾ ਰਹੇ ਹੋ। ਚਲੋ, ਉਹਦੇ ਕੋਈ ਰਹਾਣੀ, ਹੁਣ ਮਾਂ ਤੇ ਰਹੀ ਨਹੀਂ, ਬੱਚਿਆਂ ਦੀ ਮਾਂ ਕੋਲ ਰਹਾ ਲੈਨੇ। ਔਰ ਸੁਣਨ ਦਿਓ ਨਾ, ਜਿਹੜੇ ਸਾਡੇ ਦੇਖਣ ਵਾਲੇ ਨੇ, ਪਿਆਰ ਕਰਨ ਵਾਲੇ ਨੇ, ਉਹਨਾਂ ਨੂੰ ਵੀ ਦੱਸ ਦਈਏ ਨਾ ਕਿ ਇਹ ਆਫਰ ਜਿਹੜੀ ਹੈ ਸਾਡੇ ਵਾਸਤੇ ਨਹੀਂ ਹੈ, ਤੁਹਾਡੇ ਵਾਸਤੇ ਵੀ ਹੈਗੀ ਹੈ, ਤੇ ਫੌਰਨ ਫੌਰਨ ਆਓ ਔਰ ਆ ਕੇ ਇਸ ਆਫਰ ਤੋਂ ਫਾਇਦਾ ਉਠਾਓ। ਕੀ ਖਿਆਲ ਹੈ ਤੁਹਾਡਾ? ਲੋਰ, ਮੈਂ ਜਾਣਾ ਜੋਗੀ ਦੇ ਨਾਲ ਕੰਨੀ ਮੁੰਦਰਾ ਪਾ ਕੇ, ਹਾਰ ਸ਼ਿੰਗਾਰ ਕਰਕੇ। ਕਿਉਂ? ਮੈਂ ਇਸ਼ਕ ਮੈਂ ਲੋਕੋ ਮਨ ਮਿਲੀਆਂ ਸਦਾਵਾਂ ਪਿਆਰ ਦੀਆਂ, ਲੇਕਿਨ ਹੁਣ ਮੈਂ ਹੈਪੀ ਹਾਂ। ਪਲਾਟ ਮਿਲ ਗਿਆ, ਟੋਬਾ ਟੀਕ ਸਿੰਘ ਵਾਲੇ ਅੱਛੇ ਲੋਕ ਨੇ, ਗੱਡੀ ਵੀ ਮਿਲ ਗਈ ਹੈ, ਆਹ ਪਿੱਛੇ ਇੱਟਾਂ ਵੀ ਮਿਲ ਗਈਆਂ, ਇੱਟਾਂ ਵੀ ਮਿਲ ਗਈਆਂ ਨੇ। ਹੋਰ ਕੀ ਚਾਹੀਦਾ ਹੈ? ਅੱਛੀ ਸੋਸਾਇਟੀ, ਅੱਛੇ এনवायरमेंट, ਗੱਡੀ ਵੀ, ਇੱਟਾਂ ਵੀ। ਹਾਏ, ਮੈਂ ਮਰ ਗਈ, ਹੋਰ ਕੀ ਸਾਨੂੰ ਚਾਹੀਦਾ? ਲੈ ਫਿਰ ਹੁਣ ਐਕਸ਼ਨ ਵੇਖ, ਲੋਰ ਦਾ ਇੱਕੋ ਹੀ ਪਾਵਾ ਅਖਤਰ ਲਵਾ।